ਨਾਭਾ ਜੇਲ੍ਹ ਬ੍ਰੇਕ ਮਾਮਲੇ ਵਿੱਚ ਪੁਲਿਸ ਨੇ ਹਰਮਿੰਦਰ ਮਿੰਟੂ, ਪਲਵਿੰਦਰ ਪਿੰਦਾ ਸਮੇਤ ਹੋਰਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਮਾਮਲੇ ਦੀ ਸੁਣਵਾਈ ਵਧੀਕ ਸੈਸ਼ਨ ਜੱਜ ਮੁਹੰਮਦ ਗੁਲਜ਼ਾਰ ਦੀ ਅਦਾਲਤ ਵਿੱਚ ਹੋਈ, ਜਿੱਥੇ ਪੁਲਿਸ ਵੱਲੋਂ ਹਰਮਿੰਦਰ ਮਿੰਟੂ, ਪਲਵਿੰਦਰ ਪਿੰਦਾ ਸਮੇਤ ਦਰਜਨ ਭਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਤੇ ਮਾਣਯੋਗ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 19 ਮਈ ਤੇ ਪਾ ਦਿੱਤੀ। ਅੱਜ ਦੀ ਸੁਣਵਾਈ ਦੌਰਾਨ ਪੁਲਿਸ ਵੱਲੋਂ ਮਾਣਯੋਗ ਅਦਾਲਤ ਵਿੱਚ ਕੈਮੀਕਲ ਰਿਪੋਰਟ ਪੇਸ਼ ਕੀਤੀ ਗਈ। ਪ੍ਰੋਸੀਕਿਊਸ਼ਨ ਏਜੰਸੀ ਨੇ ਰਿਕਮੈਂਡੇਸ਼ਨ ਕੀਤੀ, ਕੋਰਟ ਨੂੰ ਸਬਮਿਸ਼ਨ ਕੀਤੀ ਕਿ ਬਾਕੀ ਦੋ ਮੁਲਜ਼ਮਾਂ ਦੇ ਖਿਲਾਫ ਛੇਤੀ ਹੀ ਹੋਰ ਚਲਾਨ ਪੇਸ਼ ਕੀਤਾ ਜਾ ਰਿਹਾ 173-8 ਦਾ। ਨਾਲ ਹੀ ਉਹਨਾਂ ਨੇ ਬੇਨਤੀ ਇਹ ਕੀਤੀ ਹੈ ਕਿ ਕਾਫੀ ਮੁਲਜ਼ਮਾਂ ਦੇ ਖਿਲਾਫ ਆਰਮਜ਼ ਐਕਟ ਦੇ ਤਹਿਤ ਸੈਂਕਸ਼ਨ ਜਿਹੜੀ ਹੈ ਉਹ ਮਿਲ ਚੁੱਕੀ ਹੈ, ਅਤੇ ਸੈਂਕਸ਼ਨ ਮਿਲਣ ਤੋਂ ਬਾਅਦ ਆਰਮਜ਼ ਐਕਟ ਦੀ ਧਾਰਾ ਦੇ ਤਹਿਤ ਵੀ ਨਵਾਂ ਚਲਾਨ ਪੇਸ਼ ਕੀਤਾ ਜਾਏਗਾ। ਅਤੇ ਇਸੇ ਸਬਮਿਸ਼ਨ ਨੂੰ ਮੰਨਦੇ ਹੋਏ ਅਦਾਲਤ ਨੇ ਅੱਜ 19-5 ਡੇਟ ਪਾਈ ਹੈ।